भारतीय नागरिक सरदार प्रीतम सिंह की मृतक के सीमा सुरक्षा बलों के हवाले। प्रीतम सिंह की पत्नी मृतक के लैण लई मौजूद। भारतीय नागरिक सरदार प्रीतम सिंह की मृतक के सीमा सुरक्षा बलों के हवाले कर दी गई है। प्रीतम सिंह की मृतक के नाल उन्हां दे एक साथी सरदार सुखपाल सिंह भी वाघा सरहद राही भारत लई रवाना होया। पाकिस्तानी सरकार के गृह मंत्रालय वालों सरदार प्रीतम सिंह की मृतक दे नूं BSF नूं सौंपण की अधिकारक इजाजत भी दे दी गई है। पाकिस्तान की यात्रा से आए सीनियर भारतीय नागरिक सरदार प्रीतम सिंह पुत्र हजारा सिंह का शनिवार रात 75 साल की उम्र में देहांत हो गया। सरदार प्रीतम सिंह पुत्र हजारा सिंह का जन्म 2 जुलाई 1948 नूं होया सी। ਉਹ VPO ਨੈਂਸੀ ਤਹਿਸੀਲ ਪੋਵਾ ਕੁਰਕਸ਼ੇਤਰ ਹਰਿਆਣਾ ਦੇ ਵਸਨੀਕ ਸੀ। ਸਰਦਾਰ ਪ੍ਰੀਤਮ ਸਿੰਘ ਦੀ ਮਾਤਾ ਦਾ ਨਾਂ ਵੀਰ ਕੌਰ ਅਤੇ ਪਤਨੀ ਦਾ ਨਾਂ ਗੁਰਦੀਪ ਕੌਰ ਹੈ। ਸਰਦਾਰ ਪ੍ਰੀਤਮ ਸਿੰਘ ਨੂੰ ਪਾਸਪੋਰਟ 27 ਜਨਵਰੀ 2021 ਨੂੰ ਚੰਡੀਗੜ੍ਹ ਦਫ਼ਤਰ ਤੋਂ ਜਾਰੀ ਕੀਤਾ ਗਿਆ ਸੀ। ਉਹ ਗੁਰੂ ਨਾਨਕ ਦੇਵ ਜੀ ਦੇ 594ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਹਿੱਸਾ ਲੈਣ ਲਈ ਹੋਰ ਭਾਰਤੀ ਸ਼ਰਧਾਲੂਆਂ ਨਾਲ ਪਾਕਿਸਤਾਨ ਦੀ ਯਾਤਰਾ ਤੇ ਗਏ ਸਨ। ਸਰਦਾਰ ਪ੍ਰੀਤਮ ਸਿੰਘ ਸ਼ਨੀਵਾਰ ਨੂੰ ਗੁਰਦੁਆਰਾ ਰੋੜੀ ਸਾਹਿਬ ਅਮੀਨਾਬਾਦ ਦੀ ਯਾਤਰਾ ਤੋਂ ਬਾਅਦ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ ਪਹੁੰਚਣ ਵਾਲੇ ਸਿੱਖ ਸ਼ਰਧਾਲੂਆਂ ਦੇ ਪਹਿਲੇ ਸਮੂਹ ਵਿੱਚ ਸਨ। ਸਰਦਾਰ ਪ੍ਰੀਤਮ ਸਿੰਘ ਦੀ ਤਬੀਅਤ ਅਚਾਨਕ ਵਿਗੜ ਗਈ ਅਤੇ ਉਹਨਾਂ ਨੂੰ ਰੈਸਕਿਊ 11-22 ਦੀ ਮਦਦ ਨਾਲ ਪੰਜਾਬ ਇੰਸਟੀਚਿਊਟ ਆਫ ਕਾਰਡੋਲੋਜੀ PGI ਲਿਆਇਆ ਗਿਆ, ਪਰ ਉੱਥੇ ਉਹਨਾਂ ਦਾ ਦੇਹਾਂਤ ਹੋ ਗਿਆ। ਬਿਊਰੋ ਰਿਪੋਰਟ, ਚੜ੍ਹਦੀ ਕਲਾ, ਟਾਈਮ TV।